ਇਹ ਖਿਡੌਣਾ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂੰ ਚਾਹੀਦਾ ਹੈ ਬਸ ਇੱਕ ਮੁੜਿਆ ਹੋਇਆ ਸਟਰਾਅ, ਗੁਬਾਰਾ ਅਤੇ ਇੱਕ ਰਬੜ ਬੈਂਡ। ਮੁੜੇ ਹੋਏ ਸਟਰਾਅ ਦਾ ਇੱਕ ਸਿਰਾ ਕੱਟ ਕੇ ਉਸ ਦੀਆਂ ਦੋਨੋਂ ਲੱਤਾਂ ਬਰਾਬਰ ਕਰ ਲਓ। ਸਟਰਾਅ ਦਾ ਇੱਕ ਸਿਰਾ ਗੁਬਾਰੇ ਵਿੱਚ ਰੱਖ ਕੇ ਇਸ ਨੂੰ ਰਬੜ ਬੈਂਡ ਨਾਲ ਬੰਨ ਦਿਓ। ਹਵਾ ਦੀ ਕੋਈ ਨਿਕਾਸੀ ਨਾ ਹੋਵੇ। ਗੁਬਾਰਾ ਫੁਲਾ ਕੇ ਸਟਰਾਅ ਦੇ ਮੁੜੇ ਹਿੱਸੇ ਦੇ ਖੁੱਲ੍ਹੇ ਮੂੰਹ ਨੂੰ ਇੱਕ ਉਂਗਲ ਨਾਲ ਬੰਦ ਕਰ ਲਓ। ਗੁਬਾਰੇ ਨੂੰ ਛੱਡਣ 'ਤੇ ਹਵਾ ਸਟਰਾਅ ਵਿੱਚੋਂ ਬਾਹਰ ਨਿਕਲੇਗੀ ਅਤੇ ਗੁਬਾਰਾ ਗੋਲ ਘੁੰਮੇਗਾ। ਇਹ ਨਿਊਟਨ ਦੇ ਤੀਸਰੇ ਸਿਧਾਂਤ ਨੂੰ ਵੀ ਦਰਸਾਉਂਦਾ ਹੈ। ਹਰ ਕਿਰਿਆ ਦੀ ਬਰਾਬਰ ਅਤੇ ਵਿਰੋਧੀ ਪ੍ਰਤੀਕਿਰਿਆ ਹੁੰਦੀ ਹੈ।